ਗਰੀਬ ਨਵਾਜ਼ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਪ ਜੀ ਬੜੇ ਪਿਆਰ ਸਹਿਤ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਗੁਰਦੇਵ ਦੇ ਚਰਨਾਂ ਵਿੱਚ ਉਪਸਥਿਤ ਹੋ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਇਸ ਪੰਜਵੀਂ ਅਸ਼ਟਪਦੀ ਦੇ ਅੱਜ ਪੰਜ ਨੰਬਰ ਤੋਂ ਲੈ ਕੇ ਅੱਠ ਤੱਕ ਚਾਰ ਪਦੇ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸ਼ਹੀਦਾਂ ਦੇ ਸਿਰਤਾਜ ਗਰੀਬ ਨਵਾਜ ਸਤਿਗੁਰੂ ਜਿਨ੍ਹਾਂ ਨੂੰ ਬਾਣੀ ਕੇ ਬੋਹਿਤ ਕਿਹਾ ਜਾਂਦਾ, ਉਹਨਾਂ ਨੇ ਇਸ ਬਾਣੀ ਵਿੱਚ ਇੱਕ ਸ਼ਬਦ ਵਾਰ ਵਾਰ ਵਰਤਿਆ, ਉਸਨੂੰ ਕਹਿੰਦੇ ਨੇ ਮਿਥਿਆ। ਮਿਥਿਆ ਦਾ ਅਰਥ ਹੈ ਆਪਣੇ ਵੱਲੋਂ ਬਣਾਈ ਹੋਈ ਭਰਮ ਸਥਿਤੀ, ਮਨ ਦੁਆਰਾ ਜੋ ਖਿਆਲ ਬਣਾ ਕੇ ਆਪ ਹੀ ਇੱਕ ਐਸਾ ਭਰਮ ਦਾ ਪਰਦਾ ਤਿਆਰ ਕੀਤਾ ਜਾਏ ਅਤੇ ਫਿਰ ਉਸਨੂੰ ਸੱਚ ਸਮਝ ਲਿਆ ਜਾਏ। ਮਿਥਿਆ ਦੇ ਅਰਥ ਨੇ ਜੋ ਆਦਮੀ ਫਿਕਸ ਕਰਦਾ, ਝੂਠ ਨੂੰ ਸੱਚਾ ਮੰਨ ਲੈਂਦਾ, ਜੋ ਹੈ ਨਹੀਂ ਉਸ ਨੂੰ ਮੰਨ ਲੈਣਾ ਅਤੇ ਜੋ ਹੈ ਉਸ ਨੂੰ ਨਕਾਰ ਦੇਣਾ, ਇਸ ਨੂੰ ਕਹਿੰਦੇ ਨੇ ਮਿਥਿਆ, ਇਸ ਨੂੰ ਕਹਿੰਦੇ ਭਰਮ ਹੈ। ਜੋ ਇੱਥੇ ਕਦੀ ਵੀ ਨਹੀਂ ਸੀ, ਅੱਜ ਇੱਕ ਛਾਂ ਦੇ ਰੂਪ ਵਿੱਚ ਦਿਸ ਰਿਹਾ ਹੈ ਸੰਸਾਰ, ਔਰ ਜੋ ਕਦੀ ਰਹੇਗਾ ਨਹੀਂ, ਸੁਪਨੇ ਵਾਂਗ ਹੈ, ਰੁੱਖ ਦੀ ਛਾਂ ਵਰਗਾ ਹੈ, ਬੱਦਲ ਦੀ ਛਾਂ ਵਰਗਾ ਹੈ, ਉਸ ਨੂੰ ਸੱਚ ਮੰਨ ਲੈਣਾ, ਉਸ ਨੂੰ ਸਦੀਵ ਮੰਨ ਲੈਣਾ, ਇਸ ਨੂੰ ਕਹਿੰਦੇ ਨੇ ਇਹ ਆਦਮੀ ਮਿਥਿਆ ਦੀ ਦੁਨੀਆ ਵਿੱਚ ਜੀ ਰਿਹਾ, ਮਿਥ ਕੇ ਭਰਮ ਵਿੱਚ ਭੁਲੇਖੇ ਵਿੱਚ ਜੀ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਮਨੁੱਖ ਆਪਣੇ ਕੰਨਾਂ ਨਾਲ ਦੂਸਰੇ ਦੀ ਨਿੰਦਾ ਸੁਣਨ ਵਿੱਚ ਰਸ ਪ੍ਰਤੀਤ ਕਰਦਾ ਹੈ। ਪਹਿਲਾ ਅੰਕ ਇਹਦੀ ਪਹਿਲੀ ਪੰਕਤੀ ਹੈ, ਮਿਥਿਆ ਸਰਵਨ ਪਰ ਨਿੰਦਾ ਸੁਣੈ। ਕਿੰਨੀ ਪ੍ਰਕਾਰ ਦੇ ਸਰੀਰ ਵਿੱਚ ਰਸ ਨੇ, ਉਹਨਾਂ ਵਿੱਚੋਂ ਇੱਕ ਰਸ ਹੈ ਕਰਨ ਰਸ, ਇੱਕ ਰਸ ਹੈ ਅੱਖ ਦਾ ਰਸ, ਨੇਤਰ ਰਸ, ਇੱਕ ਹੈ ਰਸਨਾ ਦਾ ਰਸ, ਸਪਰਸ਼ ਦਾ ਰਸ ਹੈ, ਗੰਧ ਦਾ ਰਸ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਅਸੀਂ ਆਪਣੇ ਕੰਨਾਂ ਨਾਲ ਕਿਸੇ ਦੂਸਰੇ ਆਦਮੀ ਦੀ ਨਿੰਦਿਆ ਸੁਣਦੇ ਹਾਂ ਜੋ ਸਾਡਾ ਵਿਰੋਧੀ ਹੈ, ਉਸ ਵਕਤ ਇੱਕ ਅੰਦਰ ਰਸ ਪੈਦਾ ਹੁੰਦਾ, ਇੱਕ ਸਵਾਦ ਪੈਦਾ ਹੁੰਦਾ ਹੈ, ਉਹ ਬਹੁਤ ਚੰਗਾ ਲੱਗਦਾ ਅਤੇ ਆਦਮੀ ਫਿਰ ਉਸ ਦਾ ਸਹਿਜੇ ਸਹਿਜੇ ਆਦੀ ਹੋ ਜਾਂਦਾ ਹੈ, ਉਹਦੇ ਵਿੱਚ ਪੈ ਕੇ, ਉਹਦੇ ਵਿੱਚ ਫਸ ਕੇ ਫਿਰ ਇੰਨਾ ਗੁਲਤਾਨ ਹੋ ਜਾਂਦਾ ਕਿ ਜਿਵੇਂ ਇੱਕ ਮ੍ਰਿਗ, ਇੱਕ ਹਿਰਨ ਜਦੋਂ ਜੰਗਲ ਵਿੱਚ ਬੈਠਾ ਹੈ, ਸ਼ਿਕਾਰੀ ਉਹਨੂੰ ਫੜਨ ਵਾਸਤੇ ਇੱਕ ਸੰਗੀਤ ਵਜਾਉਂਦਾ, ਇੱਕ ਸਾਜ਼ ਵਜਾਉਂਦਾ ਹੈ, ਅਤੇ ਹਿਰਨ ਦੇ ਵਿੱਚ ਜਿਹੜਾ ਸਭ ਤੋਂ ਪ੍ਰਬਲ ਰਸ ਹੈ ਉਹ ਹੈ ਸੁਣਨ ਦਾ, ਕੰਨ ਦਾ ਰਸ।
ਉਹ ਸੁਣਦਾ ਸੁਣਦਾ ਇੰਨਾ ਗਾਫਲ ਹੋ ਜਾਂਦਾ, ਇੰਨਾ ਬੇਹੋਸ਼ ਹੋ ਜਾਂਦਾ ਕਿ ਉਸਨੂੰ ਆਪਣਾ ਆਪ ਵੀ ਭੁੱਲ ਜਾਂਦਾ। ਉਸ ਸੰਗੀਤ ਨੂੰ ਸੁਣਦਾ ਸੁਣਦਾ ਇੰਨਾ ਬੇਹੋਸ਼ ਹੋ ਜਾਂਦਾ, ਉਸਨੂੰ ਇਹ ਸਮਝ ਨਹੀਂ ਰਹਿੰਦੀ ਵੀ ਇਹ ਸੰਗੀਤ ਜੋ ਵਜਾ ਰਿਹਾ ਹੈ ਇਹ ਸ਼ਿਕਾਰੀ ਮੇਰੇ ਗਲ ਵਿੱਚ ਰੱਸੀ ਪਾਏਗਾ, ਇਹ ਮੈਨੂੰ ਪਕੜ ਲਏਗਾ, ਮੇਰੀ ਮੌਤ ਦਾ ਕਾਰਨ ਬਣ ਜਾਏਗਾ। ਉਹ ਸਿੱਧਾ ਉਸ ਵੱਜਦੇ ਹੋਏ ਸੰਗੀਤ ਦੀ ਸੇਧ 'ਤੇ ਬੇਖੌਫ ਹੋ ਕੇ, ਗਾਫਲ ਹੋ ਕੇ, ਬੇਹੋਸ਼ ਹੋ ਕੇ ਜਿਉਂ ਤੁਰਦਾ ਜਿਉਂ ਤੁਰਦਾ ਉਹ ਸੰਗੀਤ ਸੁਣਦਾ ਸੁਣਦਾ ਬੇਖੁਦ ਹੋ ਕੇ ਉਹਦੇ ਸਾਹਮਣੇ ਜਾ ਕੇ ਖੜਾ ਹੋ ਜਾਂਦਾ ਅਤੇ ਸੁਣੀ ਜਾਂਦਾ, ਕੰਨ ਰਸ ਵਿੱਚ ਬੇਹੋਸ਼ ਹੋ ਗਿਆ। ਇਸੇ ਤਰ੍ਹਾਂ ਸ਼ਿਕਾਰੀ ਉਹਦੇ ਗਲ ਵਿੱਚ ਰੱਸੀ ਪਾ ਲੈਂਦਾ, ਉਹ ਸਦਾ ਵਾਸਤੇ ਗੁਲਾਮ ਹੋ ਗਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਸ ਮਨੁੱਖ ਦੇ ਸਰੀਰ ਵਿੱਚ ਇੱਕ ਨਹੀਂ ਕਈ ਪ੍ਰਕਾਰ ਦੇ ਰਸ ਨੇ ਜਿਹੜੇ ਇਹਨੂੰ ਗੁਲਾਮ ਕਰ ਦਿੰਦੇ ਨੇ, ਉਹਨਾਂ ਦਾ ਗੁਲਾਮ ਹੋਇਆ ਫਿਰਦਾ, ਫਿਰ ਕੰਨਾਂ ਦੇ ਰਸ ਵਿੱਚ ਪੈ ਕੇ ਲੱਭਦਾ ਫਿਰਦਾ ਕਿਸੇ ਥਾਂ 'ਤੇ ਚਾਰ ਗੱਲਾਂ ਸੁਣਨ ਨੂੰ ਮਿਲਣ, ਉਹਨਾਂ ਵਿੱਚੋਂ ਕੋਈ ਰਸ ਕੱਸ ਲਈਏ। ਭਾਵੇਂ ਕਿ ਗੁਰਬਾਣੀ ਅੰਦਰ ਇੱਕ ਵੱਖਰੀ ਤਰ੍ਹਾਂ ਦਾ ਪ੍ਰਸੰਗ ਵੀ ਆਉਂਦਾ ਜਿਹਦੇ ਵਿੱਚ ਸਤਿਗੁਰੂ ਨੇ ਕਿਹਾ ਕਿ ਉਹ ਗੱਲ ਚੰਗੀ, ਉਹ ਵਖਿਆਨ ਚੰਗਾ, ਉਹ ਵਾਰਤਾ ਚੰਗੀ ਜਿਹਦੇ ਵਿੱਚ ਮਨੁੱਖ ਦੂਸਰੇ ਦੀ ਨਿੰਦਿਆ ਕਰਨ ਦੀ ਬਜਾਏ ਆਪਣੇ ਆਪ ਦੀ ਪੜਚੋਲ ਕਰਦਾ ਹੈ, ਆਪਣੇ ਆਪ ਨੂੰ ਵੇਖਦਾ, ਉਸ ਨੂੰ ਗੁਰੂ ਸਾਹਿਬ ਨੇ ਗੋਸ਼ਟੀ ਕਿਹਾ ਹੈ, ਸਿੱਧ ਗੋਸ਼ਟ ਉਹਦਾ ਨਾਮ ਹੈ। ਇਸ ਕਰਕੇ ਕੰਨ ਦਾ ਇੱਕ ਰਸ ਇਹਦੇ ਵਿੱਚ ਫਸ ਕੇ ਮਨੁੱਖ ਬੇਹੋਸ਼ ਹੋ ਜਾਂਦਾ ਕੰਨ ਰਸ ਵਿੱਚ, ਜਿਉਂ ਜਿਉਂ ਇਹਦਾ ਆਦੀ ਹੁੰਦਾ ਤਿਉਂ ਤਿਉਂ ਇਹਦੇ ਵਿੱਚ ਡਿੱਗਦਾ ਜਾਂਦਾ ਹੈ ਔਰ ਫਿਰ ਉਹਨੂੰ ਆਪਣੇ ਜੀਵਨ ਦਾ ਰਾਹ ਹੀ ਭੁੱਲ ਗਿਆ, ਉਹਦੇ ਵਿੱਚ ਫਸਦਾ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਰਸਾਂ ਦੇ ਵਿੱਚ ਕਈ ਲੋਕ ਇੰਨਾ ਸੌ ਜਾਂਦੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਵੱਖਰੇ ਸ਼ਬਦ ਵਿੱਚ ਕਿਰਪਾ ਕਰਦੇ ਨੇ, ਕਹਿਣ ਲੱਗੇ ਸਰਵਣ ਸੋਏ ਸੁਣ ਨਿੰਦ ਵਿਚਾਰ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਆਪਣੀ ਉਲ ਹੈ। ਅਸੀਂ ਸੁੱਤੇ ਹੋਏ ਹਾਂ ਇਹਨਾਂ ਰਸਾਂ ਵਿੱਚ, ਕੋਈ ਕੰਨ ਦੇ ਰਸ ਵਿੱਚ ਕਦੀ ਸੌਂ ਜਾਂਦੇ ਹਾਂ, ਕਦੀ ਅਸੀਂ ਅੱਖ ਦੇ ਰਸ ਵਿੱਚ, ਇਸ ਤਰ੍ਹਾਂ ਇਹ ਸਾਰਾ ਕੁਝ ਮਿਥਿਆ ਹੈ, ਇਹ ਸਾਰਾ ਕੁਝ ਝੂਠ ਹੈ। ਸੱਚੇ ਪਾਤਸ਼ਾਹ ਜੀ ਇਹ ਬੜੇ ਪਿਆਰੇ ਬਚਨ ਉਚਾਰਨ ਕਰਦੇ, ਮਿਥਿਆ ਸਰਵਨ ਪਰ ਨਿੰਦਾ ਸੁਣ ਹੈ, ਆਪਣੇ ਕੰਨਾਂ ਨਾਲ ਆਪਣੇ ਵਿਰੋਧੀ ਦੀ ਨਿੰਦਿਆ ਸੁਣ ਕੇ ਜੋ ਅਸੀਂ ਇੱਕ ਸਵਾਦ ਪ੍ਰਤੀਤ ਕਰਨੇ ਹਾਂ ਉਹ ਇੱਕ ਸਾਡਾ ਮਿਥਿਆ ਹੋਇਆ ਝੂਠਾ ਰਸ ਹੈ, ਉਹਦੇ ਨਾਲ ਸਾਡੇ ਮਨ ਦੇ ਵਿੱਚ ਮੈਲ ਵੜਨੀ ਸ਼ੁਰੂ ਹੋ ਜਾਂਦੀ ਹੈ, ਫਿਰ ਉਹ ਮੈਲ ਜਿਹੜੀ ਹੈ ਉਸ ਮੈਲ ਨੂੰ ਨਾਲ ਲੈ ਕੇ ਅਸੀਂ ਪਾਠ ਕਰਨੇ ਹਾਂ, ਪੂਜਾ ਕਰਨੇ ਹਾਂ, ਕਈ ਧਾਰਮਿਕ ਕਰਮ ਕਰੀ ਜਾਂਦੇ ਹਾਂ। ਇਹ ਕਾਰਨ ਹੈ, ਮਨ ਦੇ ਦੌੜਨ ਦਾ ਕਾਰਨ ਹੀ ਮੈਲ ਹੈ ਅਤੇ ਸਭ ਤੋਂ ਜ਼ਿਆਦਾ ਮੈਲ ਕੰਨਾਂ ਦੇ ਰਾਹੀਂ ਬੰਦੇ ਵਿੱਚ ਆਉਂਦੀ। ਇਸ ਲਈ ਕਹਿੰਦੇ ਅੰਦਰ ਸਰਵਣ ਪਰ ਨਿੰਦਾ ਸੁਣੈ, ਇਹ ਵੀ ਮਿਥਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਦੇ ਤੋਂ ਰੋਕਦੇ ਹਨ ਔਰ ਭਾਈ ਸਾਹਿਬ ਭਾਈ ਗੁਰਦਾਸ ਗੁਰਸਿੱਖ ਵਾਸਤੇ ਇੱਕ ਬਹੁਤ ਹੀ ਸੁੰਦਰ ਦਲੀਲ ਦੇ ਕੇ
ਇੱਕ ਉਪਦੇਸ਼ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਹਉਂ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੈ। ਕਹਿੰਦੇ ਮੈਂ ਉਸ ਗੁਰਸਿੱਖ ਤੋਂ ਬਲਹਾਰ ਜਾਂਦਾ ਹਾਂ ਜਿਹੜਾ ਕਿਸੇ ਥਾਂ 'ਤੇ ਦੂਜੇ ਦੀ ਨਿੰਦਿਆ ਸੁਣ ਕੇ ਆਪਣੇ ਆਪ ਨੂੰ ਉੱਥੋਂ ਹਟਾ ਲੈਂਦਾ, ਆਪਣੇ ਆਪ ਨੂੰ ਪਾਸੇ 'ਤੇ ਕਰ ਲੈਂਦਾ। ਇਸ ਲਈ ਸਤਿਗੁਰੂ ਕਹਿੰਦੇ ਮਿਥਿਆ ਸਰਵਨ ਪਰ ਨਿੰਦਾ ਸੁਣੈ। ਇਸ ਕੁਕਰਮ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਖਮਣੀ ਸਾਹਿਬ ਵਿੱਚ ਵਿਵਰਜਿਤ ਕਰ ਰਹੇ ਨੇ। ਅਗਲੇ ਬਚਨ ਕੀਤੇ ਮਿਥਿਆ ਹਸਤ ਪਰ ਦਰਬ ਕੋ ਹਿਰੈ। ਕਿਸੇ ਦੂਸਰੇ ਦਾ ਹੱਕ, ਕਿਸੇ ਦੂਸਰੇ ਦੀ ਵਸਤੂ ਆਪਣੇ ਹੱਥਾਂ ਨਾਲ ਖੋਹਣ ਦਾ ਯਤਨ ਕਰਨਾ, ਇਹਦੇ ਅਰਥ ਨੇ। ਹਸਤ ਦਾ ਅਰਥ ਹੈ ਹੱਥ, ਪਰ ਦਰਬ ਦਾ ਅਰਥ ਹੈ ਦੂਸਰੇ ਦਾ ਧਨ, ਕੋ ਹਿਰੈ, ਹਿਰੈ ਦਾ ਅਰਥ ਹੈ ਚੋਰੀ ਕਰਨਾ। ਕਿਸੇ ਦੂਜੇ ਦਾ ਧਨ ਚੋਰੀ ਕਰਨਾ ਇਹ ਵੀ ਮਿਥਿਆ ਹੈ, ਇਹ ਵੀ ਇੱਕ ਅਪਰਾਧ ਹੈ। ਔਰ ਦੂਸਰਾ ਇਹਦਾ ਹਿੱਸਾ, ਇੱਕ ਤਾਂ ਤੁਸੀਂ ਵੇਖੋਗੇ ਬਾਹਰੀ ਤੌਰ 'ਤੇ ਮਨੁੱਖ ਹੱਥਾਂ ਨਾਲ ਕਿਸੇ ਦਾ ਧਨ ਖੋਹਦਾ, ਉਹ ਤਾਂ ਕੈਮਰੇ ਦੀ ਪਕੜ ਵਿੱਚ ਆ ਗਿਆ। ਉਹ ਸਾਧ ਸੰਗਤ ਦੂਸਰੇ ਦਾ ਹੱਕ ਖੋਣਾ ਕਈ ਪ੍ਰਕਾਰ ਦਾ ਹੈ, ਇੱਕ ਤਰ੍ਹਾਂ ਦਾ ਨਹੀਂ। ਇੱਕ ਤਾਂ ਸਿੱਧਾ ਹੈ ਕਿ ਹੱਥ ਸਾਹਮਣੇ ਕਿਸੇ ਦੇ ਵਸਤੂ ਨੂੰ ਚੁੱਕਦੇ ਨੇ, ਅਸੀਂ ਦੇਖ ਲੈਂਦੇ ਹਾਂ। ਇੱਕ ਦੂਸਰਾ ਤਰੀਕਾ ਹੈ, ਉਹਨੂੰ ਕਹਿੰਦੇ ਨੇ ਕੂਟਨੀਤਿਕ ਤਰੀਕਾ, ਕਿਸੇ ਚਾਲ ਨਾਲ ਕਿਸੇ ਤਰੀਕੇ ਨਾਲ ਸਿੱਧੇ ਨਹੀਂ ਹੱਥ ਪਾਉਣੇ, ਉਸ ਆਦਮੀ ਨੂੰ ਐਸੇ ਢੰਗ ਵਿੱਚ ਫਸਾ ਦੇਣਾ, ਐਸੇ ਤਰੀਕੇ ਵਿੱਚ ਫਸਾ ਕੇ ਉਹਦੇ ਹੱਕ ਖੋਈ ਜਾਣੇ। ਸਿੱਧਾ ਉਸ ਨੂੰ ਨਹੀਂ ਖੋਣਾ ਕੁਝ ਵੀ ਉਹਦੇ ਕੋਲੋਂ, ਤਰੀਕੇ ਨਾਲ ਉਹਦੇ ਹੱਕ ਖੋਹ ਲੈਣੇ। ਅਤੇ ਜਿਹੜੇ ਇਹ ਦੋ ਤਰੀਕੇ ਨੇ, ਇਹਨਾਂ ਤੋਂ ਬਿਨਾਂ ਇੱਕ ਤੀਸਰਾ ਜੋ ਬੰਦੇ ਦੇ ਮਨ ਨਾਲ ਸੁਭਾਵ ਸੰਬੰਧਿਤ ਹੈ, ਉਹ ਸਾਧ ਸੰਗਤ ਜੀ, ਉਹ ਹੈ ਮਨ ਨਾਲ ਅੰਦਰੋਂ ਚਿਤਵਦੇ ਰਹਿਣਾ ਕਿ ਦੂਸਰੇ ਦੀਆਂ ਵਸਤੂਆਂ ਮੇਰੇ ਕੋਲ ਆ ਜਾਣ। ਇਹ ਵੀ ਉਹਦੇ ਨਾਲ ਜੁੜਿਆ ਹੋਇਆ, ਮਿਥਿਆ ਹਸਤ ਪਰ ਦਰਬ ਕੋ ਹਿਰੈ। ਔਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ, ਕਹਿਣ ਲੱਗੇ ਧਾਰਮਿਕ ਜਗਤ ਵਿੱਚ ਬੰਦਾ ਕਈ ਚੰਗੇ ਕਰਮ ਵੀ ਕਰ ਲੈਂਦਾ, ਧਰਮ ਕਮਾਉਂਦਾ ਹੈ, ਔਰ ਜਦੋਂ ਸ਼ੁਭ ਕਰਮ ਕਰਦਾ ਅਤੇ ਧਰਮ ਕਮਾਉਂਦਾ, ਉਹਦੇ ਅੰਦਰ ਇੱਕ ਪੂੰਜੀ ਇਕੱਠੀ ਹੋ ਜਾਂਦੀ ਹੈ, ਉਹਦੇ ਅੰਦਰ ਇੱਕ ਖਜ਼ਾਨਾ ਇਕੱਠਾ ਹੋ ਜਾਂਦਾ ਹੈ। ਪਰ ਇਹ ਖਜ਼ਾਨਾ ਇਕੱਠਾ ਕਰਨ ਤੋਂ ਬਾਅਦ ਉਹ ਕੀ ਕਰਦਾ ਹੈ? ਸਾਹਿਬ ਸਤਿਗੁਰੂ ਬਾਣੀ ਵਿੱਚ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਕਹਿਣ ਲੱਗੇ ਵਸਤ ਪਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਪਰਾਈ ਵਸਤੂ ਨੂੰ ਅੰਦਰੋਂ ਕਲਪਦਾ ਰਹਿੰਦਾ ਹੈ, ਔਰ ਸਵੇਰੇ ਉੱਠਦਿਆਂ ਸਾਰ ਫਿਰ ਉਹਦੀ ਯਾਦ ਵਿੱਚ ਚੱਲਣ ਲੱਗ ਪੈਂਦੀ, ਦੂਸਰੇ ਦੀ ਕਿਸੇ ਵਸਤੂ ਨੂੰ ਕਿਵੇਂ ਆਪਣੇ ਹੱਥਾਂ ਵਿੱਚ ਲਵਾਂ, ਕਿਵੇਂ ਆਪਣੇ ਕੰਟਰੋਲ ਵਿੱਚ ਕਰ ਲਵਾਂ, ਦੂਸਰੇ ਦਾ ਧਨ, ਦੂਸਰੇ ਦੀ ਜ਼ਮੀਨ, ਦੂਸਰੇ ਦਾ ਮਕਾਨ, ਕੁਝ ਵੀ ਕਹਿ ਲਈਏ, ਇਹਦੇ ਵਾਸਤੇ ਚਿਤਵਦਾ ਰਹਿੰਦਾ ਹੈ। ਇਹਦੇ ਵਾਸਤੇ ਜਦੋਂ ਅਸੀਂ ਇੱਕ ਪਾਸੇ ਧਰਮ ਦੇ ਕੰਮ ਕਰਨੇ ਹਾਂ, ਬਾਣੀ ਪੜ੍ਹਨੇ ਹਾਂ, ਸਿਮਰਨ ਕਰਾਂਗੇ, ਸੇਵਾ ਕਰਾਂਗੇ, ਹੋਰ ਕਈ ਪ੍ਰਕਾਰ ਦੇ ਅਸੀਂ ਯਤਨ ਕਰਾਂਗੇ ਧਾਰਮਿਕ ਪੂੰਜੀ ਇਕੱਠੀ ਕਰਨ ਵਾਸਤੇ, ਉਹ ਜ਼ਰੂਰ ਇਕੱਠੀ ਹੋਵੇਗੀ। ਪਰ ਜਦੋਂ ਅਸੀਂ ਉਹ ਕਰਕੇ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਸਤ ਪਰਾਈ ਕੋ ਉਠ ਰੋਵੈ, ਅੰਦਰੋਂ ਦੂਜਿਆਂ ਦੀਆਂ ਵਸਤੂਆਂ ਵਾਸਤੇ ਰੋਂਦਾ ਰਹਿੰਦਾ, ਤਾਂ ਉਹਦੇ ਨਾਲ ਇਹ ਕੀਤਾ ਹੋਇਆ ਇਕੱਠਾ ਧਨ ਉਸੇ ਵੇਲੇ ਅੰਦਰੋਂ ਖਿਲਰ ਜਾਂਦਾ, ਚਲਾ ਜਾਂਦਾ। ਤਾਂ ਹੀ ਸਾਡੇ ਕੀਤੇ ਹੋਏ ਕਰਮ ਸਾਡੀ ਜ਼ਿੰਦਗੀ ਦੇ ਵਿੱਚ ਕਦੀ ਤਬਦੀਲੀ ਨਹੀਂ ਲਿਆਉਂਦੇ, ਫਰਕ ਨਹੀਂ ਪਾਉਂਦੇ।
ਕਿਉਂਕਿ ਉਹਨਾਂ ਕਰਮਾਂ ਵਿੱਚ ਨੁਕਸ ਨਹੀਂ ਹੈ, ਉਹਨਾਂ ਸਾਧਨਾਂ ਵਿੱਚ ਨੁਕਸ ਨਹੀਂ ਹੁੰਦਾ। ਕਰਨ ਵਾਲਾ ਕਰ ਵੀ ਠੀਕ ਲੈਂਦਾ ਪਰ ਕਰਕੇ ਫਿਰ ਉਹਨੂੰ ਗਵਾ ਦਿੰਦਾ। ਜਿਹਨੂੰ ਸਹਿਬ ਬਾਣੀ ਵਿੱਚ ਕਹਿੰਦੇ ਮਤ ਥੋੜ੍ਹੀ ਸੇਵ ਗਵਾਈ ਹੈ, ਜੇ ਮਤ ਥੋੜ੍ਹੀ ਹੋਵੇ ਭਾਵ ਗੁਰੂ ਤੋਂ ਮਤ ਨਾ ਸਿੱਖੀ ਹੋਵੇ ਤਾਂ ਫਿਰ ਅਸੀਂ ਬਹੁਤ ਕੁਝ ਕਰਨ ਤੋਂ ਬਾਅਦ ਵੀ ਉਹਨੂੰ ਗਵਾ ਦਿਆਂਗੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਦੇ ਵਿੱਚ ਉਪਦੇਸ਼ ਕਰ ਰਹੇ ਨੇ, ਕਹਿੰਦੇ ਮਿਥਿਆ ਹਸਤ ਪਰ ਦਰਬ ਕੋ ਹਿਰੈ, ਇਹ ਕੁਰੈਤ ਹੈ। ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀ ਰਹਿਤ ਮਰਿਆਦਾ ਲਿਖੀ ਹੋਈ, ਧਿਆਨ ਦਿਓ ਸਾਰੀ ਬਾਣੀ ਰਹਿਤ ਮਰਿਆਦਾ ਹੈ। ਕਿਉਂ ਨਹੀਂ ਰਹਿਤ ਮਰਿਆਦਾ? ਹਾਂ, ਇਹ ਰਹਿਤ ਮਰਿਆਦਾ ਸਾਨੂੰ ਮਾਫਕ ਨਹੀਂ ਆਉਂਦੀ। ਜਿਹੜੀ ਚੀਜ਼ ਸਾਨੂੰ ਚੰਗੀ ਨਾ ਲੱਗੀ ਅਸੀਂ ਕਹਿੰਦੇ ਉਹ ਹੈ ਹੀ ਨਹੀਂ। ਕੀ ਸੁਖਮਣੀ ਸਾਹਿਬ ਵਿੱਚ ਆ ਤੁਸੀਂ ਦੋ ਬਚਨ ਸੁਣੇ ਨੇ, ਇਹ ਰਹਿਤ ਮਰਿਆਦਾ ਨਹੀਂ ਹੈ। ਸਾਧ ਸੰਗਤ ਜੀ, ਅਸੀਂ ਰਹਿਤ ਮਰਿਆਦਾ ਸਿਰਫ ਸਮਝ ਲਈ ਕਿ ਦਸਤਾਰ ਦੇ ਚੱਕਰ ਬਣਾ ਕੇ ਰੱਖਣੇ, ਉਹ ਚੰਗੀ ਚੀਜ਼, ਉਹ ਬਾਹਰਲੀ ਚੀਜ਼ ਹੈ। ਅਸੀਂ ਰਹਿਤ ਮਰਿਆਦਾ ਨੂੰ ਇੱਕ ਹੱਦ ਬੰਨੀ ਵਿੱਚ ਬੰਨ ਦਿੱਤਾ, ਪਰ ਸਤਿਗੁਰੂ ਨੇ ਰਹਿਤ ਮਰਿਆਦਾ ਗੁਰਬਾਣੀ ਦੇ ਵਿੱਚ ਲਿਖੀ। ਜਿਹੜੀਆਂ ਬਜਰ ਕਰੈਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੀਆਂ ਸਾਨੂੰ, ਉਹ ਗੁਰਬਾਣੀ ਵਿੱਚ ਸਾਰੀਆਂ ਮੌਜੂਦ ਨੇ। ਹਾਂ, ਜਿਹੜਾ ਸਰੂਪ, ਜਿਹੜੇ ਵਸਤਰ, ਜਿਹੜੇ ਕਕਾਰ ਕਲਗੀਆਂ ਵਾਲੇ ਪਾਤਸ਼ਾਹ ਨੇ ਸਿੱਖ ਨੂੰ ਬਖਸ਼ੇ ਨੇ, ਉਹ ਵੀ ਇੱਕ ਰਹਿਤ ਮਰਿਆਦਾ ਹੈ। ਸਿੱਖ ਨੇ ਉਸ ਸਿੰਬਲ ਨੂੰ, ਉਹਨਾਂ ਪ੍ਰਤੀਕਾਂ ਨੂੰ ਜ਼ਰੂਰ ਜ਼ਿੰਦਗੀ ਵਿੱਚ ਵਰਤਣਾ ਹੈ, ਉਹਨਾਂ ਤੋਂ ਇਨਕਾਰ ਨਹੀਂ ਕਰਨਾ। ਗੁਰੂ ਦਾ ਦਿੱਤਾ ਹੋਇਆ ਵੇਸ਼ ਵੀ ਧਾਰਨ ਕਰਨਾ ਹੈ, ਪਰ ਵੇਸ਼ ਧਾਰਨ ਕਰਕੇ ਗੁਰੂ ਦੇ ਦੇਸ਼ ਵਿੱਚ ਪ੍ਰਵੇਸ਼ ਵੀ ਕਰਨਾ ਹੈ। ਇਹ ਤਿੰਨ ਚੀਜ਼ਾਂ ਇਕੱਠੀਆਂ ਨੇ। ਵੇਸ਼ ਦਾ ਅਰਥ ਕੀ ਹੈ? ਅਸੀਂ ਉਹਦੇ ਦੇਸ਼ ਵਿੱਚ ਪ੍ਰਵੇਸ਼ ਕਰ ਜਾਈਏ, ਜੇ ਵੇਸ਼ ਪਾਈ ਰੱਖਿਆ, ਕੋਈ ਬੰਦਾ ਆਪਣੇ ਸਰੀਰ 'ਤੇ ਪੁਲਿਸ ਦੀ ਵਰਦੀ ਪਾ ਕੇ ਰੱਖੇ, ਥਾਣੇ ਦਾ ਦਰਵਾਜ਼ਾ ਕਦੀ ਨਹੀਂ ਲੰਘਿਆ, ਡਿਊਟੀ ਕਦੀ ਕੀਤੀ ਨਹੀਂ, ਕਾਹਦੇ ਕੰਮ ਆਏਗਾ? ਅਤੇ ਸਹਿਜੇ ਸਹਿਜੇ ਲੋਕ ਉਹਨੂੰ ਕੀ ਕਹਿਣਗੇ? ਲੋਕ ਕਹਿਣ ਲੱਗ ਪੈਣਗੇ ਇਹ ਤਾਂ ਮੰਗਣ ਵਾਲਾ ਬਰੂਪੀਆ ਹੈ, ਇਹ ਪੁਲਿਸ ਦਾ ਆਦਮੀ ਨਹੀਂ ਹੈ, ਇਹ ਉਧਾਰੀ ਜਾਂ ਮੁੱਲ ਲੈ ਕੇ ਵਰਦੀ ਪਾ ਕੇ ਫਿਰਦਾ ਪਿਆ। ਇਸੇ ਤਰ੍ਹਾਂ ਜਿਹੜੇ ਸਾਨੂੰ ਵਸਤਰ ਦਿੱਤੇ ਉਹ ਜ਼ਰੂਰੀ ਨੇ, ਜੋ ਸਤਿਗੁਰਾਂ ਨੇ ਬਖਸ਼ੇ, ਪਰ ਉਹਨਾਂ ਵਸਤਰਾਂ ਨੂੰ ਪਾ ਕੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਵਾਜ਼ੇ ਵਿੱਚ ਪ੍ਰਵੇਸ਼ ਕਰ ਜਾਈਏ, ਉਸ ਰਾਹ 'ਤੇ ਤੁਰੀਏ, ਫਿਰ ਉਹਨਾਂ ਵਸਤਰਾਂ ਦੀ ਬੜੀ ਕੀਮਤ ਹੈ, ਬਹੁਤ ਉਹਨਾਂ ਦਾ ਪ੍ਰਭਾਵ ਹੈ। ਕਿਉਂਕਿ ਜਿਹੜੀ ਸਾਧ ਸੰਗਤ ਦੀ ਵਰਦੀ ਯੂਨੀਫਾਰਮ ਹੈ ਉਹਦੇ ਵਿੱਚ ਬੜੀ ਤਾਕਤ ਹੈ। ਤਾਂ ਇੱਥੇ ਕਹਿੰਦੇ ਇਹ ਵੀ ਇੱਕ ਮਰਿਆਦਾ ਦੱਸੀ, ਅੱਗੇ ਬਚਨ ਕੀਤੇ ਮਿਥਿਆ ਨੇਤਰ ਪੇਖਦ ਪਰ ਤਰੇ ਰੂਪਾਦ, ਅੱਖਾਂ ਦੇ ਨਾਲ, ਨੇਤਰ ਦਾ ਅਰਥ ਹੈ ਅੱਖਾਂ, ਪਰ ਤਰੈ, ਤਰੈ ਦਾ ਅਰਥ ਹੈ ਇਸਤਰੀ, ਇਸਤਰੀ ਵਾਸਤੇ ਪੁਰਸ਼ ਹੈ, ਪੁਰਸ਼ ਵਾਸਤੇ ਇਸਤਰੀ ਹੈ, ਦੋਵਾਂ ਵਾਸਤੇ ਇੱਕੋ ਜਿਹਾ ਉਪਦੇਸ਼, ਪਰ ਤਰੈ, ਦੂਸਰੀ ਇਸਤਰੀ, ਦੂਸਰਾ ਪੁਰਸ਼। ਔਰ ਇੱਥੇ ਸ਼ਬਦ ਵਰਤਿਆ ਰੂਪ ਆਦ, ਰੂਪ ਪਲੱਸ ਆਦ, ਇਹਦਾ ਮਤਲਬ ਇਹ ਹੈ ਵੀ ਇਕੱਲਾ ਇੱਥੋਂ ਤੱਕ ਸੀਮਿਤ ਨਹੀਂ, ਕੋਈ ਬੰਦਾ ਦੂਸਰੇ ਦਾ ਰੂਪ ਨਹੀਂ ਵੇਖਦਾ, ਹੋਰ ਵੀ ਬੜੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਬੰਦਾ ਅੱਖ ਰੱਖ ਲੈਂਦਾ ਹੈ। ਰੂਪ ਤੋਂ ਬਿਨਾਂ ਕਿਸੇ ਦੇ ਧਨ 'ਤੇ, ਕਿਸੇ ਦੇ ਸਾਧ ਸੰਗਤ ਅਹੁਦੇ 'ਤੇ ਉਹਨੂੰ ਹਟਾ ਕੇ ਆਪ ਉੱਥੇ ਬਹਿਣਾ, ਕਈ ਪ੍ਰਕਾਰ ਦਾ ਦੂਸਰੇ ਦਾ ਹੱਕ ਹੈ। ਇਹ ਸਾਰੀ ਮਰਿਆਦਾ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਮਝਾ ਰਹੇ ਨੇ। ਕਹਿਣ ਲੱਗੇ ਇਹ ਹੈ ਅੱਖ ਦਾ ਰੋਗ, ਅੱਖ ਦੇ ਰੋਗ ਵਿੱਚ ਬਹੁਤ ਸਾਰਾ ਸੰਸਾਰ ਗ੍ਰਸਿਆ ਜਾਂਦਾ ਹੈ,
ਔਰ ਅੱਖ ਦੇ ਰਾਹੀਂ ਸਾਰਾ ਜਗਤ। ਜੇ ਇਹ ਦਰਵਾਜ਼ਾ ਟੁੱਟ ਗਿਆ, ਅੱਖ ਇੱਕ ਦਰਵਾਜ਼ਾ ਹੈ ਜਿਹਦੇ ਰਾਹੀਂ ਬੰਦਾ ਨਿਕਲ ਕੇ ਬਾਹਰ ਸੰਸਾਰ ਵਿੱਚ ਜਾਂਦਾ, ਜੇ ਤਾਂ ਗੁਰੂ ਕਿਰਪਾ ਕਰੇ ਸਿੱਖ ਨੂੰ ਆਪਣੇ ਦਰਵਾਜ਼ੇ, ਜਿਵੇਂ ਆਪਾਂ ਘਰ ਨੂੰ ਦਰਵਾਜ਼ੇ ਲੱਗੇ ਨੇ, ਜੇ ਤਾਂ ਉਹਨੂੰ ਦਰਵਾਜ਼ਾ ਖੋਲ੍ਹ ਕੇ ਅਤੇ ਬੰਦ ਕਰਨ ਦੀ ਜਾਚ ਆ ਜਾਏ, ਦਰਵਾਜ਼ਾ ਸੁਖਦਾਈ ਹੈ। ਦਰਵਾਜ਼ੇ ਤੋਂ ਬਿਨਾਂ ਘਰ ਕਾਹਦਾ? ਜਿਸ ਘਰ ਨੂੰ ਦਰਵਾਜ਼ਾ ਨਹੀਂ ਉਹ ਕਾਹਦਾ ਘਰ? ਜਿਹੜਾ ਖੁੱਲ੍ਹਦਾ ਹੀ ਨਹੀਂ ਦਰਵਾਜ਼ਾ, ਉਹ ਵੀ ਘਰ ਕਾਹਦਾ? ਪਰ ਜਿਹੜੇ ਘਰ ਦਾ ਦਰਵਾਜ਼ਾ ਖੁੱਲ੍ਹ ਜਾਏ ਅਤੇ ਪਰਤ ਕੇ ਬੰਦ ਹੀ ਨਾ ਹੋਵੇ, ਉਹਦੇ ਤੋਂ ਵੀ ਬਦਤਰ। ਉਹਦੇ ਵਿੱਚ ਜੋ ਕੁੱਤਾ ਬਿੱਲਾ ਆ ਕੇ ਰੋਜ਼ ਵੜ ਜਾਏਗਾ। ਅੱਖਾਂ ਦਰਵਾਜ਼ਾ ਨੇ ਮਨੁੱਖ ਦਾ, ਖੁੱਲ੍ਹਣੀਆਂ ਚਾਹੀਦੀਆਂ ਨੇ। ਇਹਦੇ ਰਾਹੀਂ ਬੰਦਾ ਸੰਸਾਰ ਵਿੱਚ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਸਰੀਰ ਨੂੰ 9 ਦਰਵਾਜ਼ੇ ਲਾਏ ਨੇ। ਦਰਵਾਜ਼ੇ ਕਾਹਦੇ ਵਾਸਤੇ ਹੁੰਦੇ ਨੇ? ਲੋੜ ਪੈਣ 'ਤੇ ਖੋਲ੍ਹ ਲੈਣੇ, ਤਾਜ਼ੀ ਹਵਾ ਅੰਦਰ ਆ ਗਈ ਅਤੇ ਹਨੇਰੀ ਆ ਗਈ, ਮਿੱਟੀ ਆ ਗਈ ਅਤੇ ਅਸੀਂ ਕਹਿੰਦੇ ਹਾਂ ਜਲਦੀ ਜਲਦੀ ਬੰਦ ਕਰ ਦਿਓ, ਮਿੱਟੀ ਨਾ ਅੰਦਰ ਆ ਜਾਏ। ਸਤਿਗੁਰੂ ਨੇ ਇਹਨਾਂ ਨੂੰ ਦਰਵਾਜ਼ੇ ਤਾਂ ਕਿਹਾ, ਉਹਨਾਂ ਦਾ ਭਾਵ ਇਹ ਸੀ ਕਿ ਇਹ ਜਿਹੜੇ ਨੱਕ ਕੰਨ ਆਦਿਕ ਤੇਰੇ ਜੀਵਨ ਦੇ ਦਰਵਾਜ਼ੇ ਨੇ, ਜਦੋਂ ਤਾਂ ਮੌਸਮ ਠੀਕ ਹੁੰਦਾ ਹੈ, ਜਦੋਂ ਤੂੰ ਗੁਰੂ ਕੀ ਸੰਗਤ ਵਿੱਚ ਆਉਣਾ, ਜਦੋਂ ਤੂੰ ਗੁਰਮੁਖਾਂ ਵਿੱਚ ਆਉਣਾ, ਉਦੋਂ ਇਹਨਾਂ ਦਰਵਾਜ਼ਿਆਂ ਨੂੰ ਖੋਲ੍ਹ ਦਿਆ ਕਰ, ਅੱਖਾਂ ਖੋਲ੍ਹ ਕੇ ਦਰਸ਼ਨ ਕਰਿਆ ਕਰ ਗੁਰਮੁਖਾਂ ਦੇ, ਕੰਨ ਖੋਲ੍ਹ ਕੇ ਗੁਰੂ ਕੀ ਬਾਣੀ ਸੁਣਿਆ ਕਰ, ਸਾਰੇ ਦਰਵਾਜ਼ੇ ਖੋਲ੍ਹ ਦਿਆ ਕਰ, ਉਹਨਾਂ ਦਾ ਤਾਜ਼ਾਪਣ ਤੇਰੇ ਅੰਦਰ ਚਲਾ ਜਾਏਗਾ। ਪਰ ਜਦੋਂ ਕਿਤੇ ਦੁਰਮਤ ਦੀ ਹਨੇਰੀ ਆਉਂਦੀ ਏ, ਉਸ ਵੇਲੇ ਤੂੰ ਆਪਣੇ ਦਰਵਾਜ਼ੇ ਬੰਦ ਕਰ ਲਿਆ ਕਰ, ਉਸ ਵੇਲੇ ਉਹ ਮਿੱਟੀ ਘੱਟਾ ਅੰਦਰ ਨਾ ਜਾਏ। ਇਹ ਸਤਿਗੁਰਾਂ ਨੇ ਸਾਨੂੰ ਤਾਂ ਦਰਵਾਜ਼ੇ ਕਹੇ। ਇਸ ਕਰਕੇ ਇਹ ਅੱਖਾਂ ਦਰਵਾਜ਼ਾ ਹਨ ਸੰਸਾਰ ਨੂੰ ਵੇਖਣ ਵਾਸਤੇ, ਝਰੋਖਾ ਹਨ, ਇਹਦੇ ਵਿੱਚੋਂ ਵੇਖ ਲਈਦਾ। ਪਰ ਬਹੁਤਾਤ ਦੇ ਵਿੱਚ ਕੀ ਹੁੰਦਾ, ਸਾਨੂੰ ਦਰਵਾਜ਼ਾ ਖੋਲ੍ਹਣ ਦੀ ਜਾਚ ਆ ਜਾਂਦੀ, ਬੰਦ ਕਰਨ ਦੀ ਨਹੀਂ ਰਹਿੰਦੀ। ਇਸ ਕਰਕੇ ਬਹੁਤ ਸਾਰਾ ਕੂੜਾ ਕਬਾੜ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ ਸਾਡੇ ਮਨ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਫਿਰ ਉਸ ਸਾਰੇ ਕੁਝ ਨੂੰ ਅਸੀਂ ਅੰਦਰ ਰੱਖ ਕੇ ਪਾਠ ਪੂਜਾ ਕਰਦੇ ਹਾਂ, ਹੋਰ ਅੰਦਰ ਕਈ ਕੁਝ ਸਿੱਟੀ ਜਾਂਦੇ ਹਾਂ, ਅਤੇ ਫਿਰ ਕੁਦਰਤੀ ਤੌਰ 'ਤੇ ਮਨ ਨੇ ਤਾਂ ਭੱਜਣਾ ਹੀ ਹੈ, ਕਿਉਂਕਿ ਜਿਸ ਜ਼ਖਮ ਦੇ ਵਿੱਚ ਪਾਕ ਹੋਵੇਗੀ ਸਾਧ ਸੰਗਤ, ਉਹਦੇ ਵਿੱਚ ਦਰਦ ਜ਼ਰੂਰ ਹੋਵੇਗੀ। ਜਿਸ ਮਨ ਦੇ ਵਿੱਚ ਮੈਲ ਹੋਏਗੀ ਉਹ ਜ਼ਰੂਰ ਦੌੜੇਗਾ, ਜ਼ਰੂਰ ਭੱਜੇਗਾ। ਉਹ 'ਤੇ ਨਿਸ਼ਾਨੀ ਹੈ ਕਿ ਇਹਦੇ ਵਿੱਚ ਕਿਤੇ ਨੁਕਸ ਹੈ, ਉਹ ਖਬਰ ਦੇ ਰਿਹਾ ਤੇਰੇ ਵਿੱਚ ਕਿਤੇ ਬਿਮਾਰੀ ਹੈ, ਤਾਂ ਦੌੜਦਾ ਹੈ। ਜੇ ਅੰਦਰੋਂ ਸਾਫ਼ ਹੋ ਗਿਆ ਫਿਰ ਕਿੱਥੇ ਦੌੜਨਾ ਹੈ। ਇਸ ਲਈ ਕਹਿੰਦੇ ਹਨ ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ, ਅਗਲੇ ਬਚਨ ਕੀਤੇ ਕਹਿੰਦੇ ਮਿਥਿਆ ਰਸਨਾ ਭੋਜਨ ਅਨ ਸਵਾਦ। ਬੜੇ ਤੋਲ ਤੋਲ ਕੇ ਸ਼ਬਦ ਬੋਲੇ ਨੇ ਗੁਰੂ ਸਾਹਿਬ ਨੇ। ਇਹ ਨਹੀਂ ਕਿਹਾ ਵੀ ਇਕੱਲਾ ਸਵਾਦ, ਅਨ ਸਵਾਦ, ਕਿਉਂਕਿ ਸਵਾਦ ਤੋਂ ਬਿਨਾਂ ਭੋਜਨ ਕਿਵੇਂ ਖਾਈਏ। ਕਈ ਸੱਜਣ ਕਹਿੰਦੇ ਨੇ ਬੇਸਵਾਦਾ ਭੋਜਨ ਖਾਓ ਅਤੇ ਵਿਕਾਰਾਂ ਤੋਂ ਬਚ ਜਾਓਗੇ। ਬੜੇ ਲੋਕ ਨੇ ਅਨਾਜ ਉਬਾਲ ਉਬਾਲ ਕੇ ਖਾਂਦੇ ਨੇ, ਕਹਿੰਦੇ ਚਲੋ ਜੇ ਕਿਸੇ ਨੂੰ ਕੋਈ ਸਾਧਨ ਕੰਮ ਦਿੰਦਾ ਤਾਂ ਕਰ ਲੈਣਾ ਚਾਹੀਦਾ। ਪਰ ਇੱਥੇ ਸਾਹਿਬ ਕਹਿੰਦੇ ਅਨ ਸਵਾਦ, ਕੁਝ ਸਵਾਦ ਐਸੇ ਨੇ ਜਿਹੜੇ ਸਰੀਰ ਦੀ ਲੋੜ ਨੇ, ਉਹ ਬੰਦੇ ਨੂੰ ਲੈਣੇ ਹੀ ਪੈਣਗੇ। ਜਿਹੜਾ ਉਹਨੂੰ ਨਮਕ ਚਾਹੀਦਾ ਉਹ ਵੀ ਉਹਨਾਂ ਕੋਲ ਲੈਣਾ ਪਏਗਾ, ਜਿੰਨੀ ਕੁ ਸ਼ੂਗਰ ਮੰਗਦਾ ਸਰੀਰ ਮਿੱਠਾ ਮੰਗਦਾ ਉਹ ਵੀ ਉਹਨੂੰ ਸਵਾਦ ਲੈਣਾ ਪਏਗਾ। ਕੀ ਛੱਡਣਾ ਹੈ? ਅਨ ਸਵਾਦ। ਅਨ ਸਵਾਦ ਦਾ ਮਤਲਬ ਉਹ ਭੋਜਨ ਜਿਹੜੇ ਤੇਰੇ ਸਰੀਰ ਨੂੰ ਨੁਕਸ ਪਾਉਂਦੇ ਨੇ, ਖਾਸ ਕਰਕੇ ਉਹ ਭੋਜਨ ਮਨੁੱਖ ਨੂੰ ਜਿਹੜੇ ਰੋਗੀ ਕਰਦੇ ਨੇ। ਵੈਸੇ ਤਾਂ ਜਦੋਂ ਆਰੰਭ ਵਿੱਚ ਸੰਸਾਰ ਚੱਲਿਆ, ਉਸ ਵੇਲੇ
ਅਗਨੀ ਦੀ ਵਰਤੋਂ ਭੋਜਨ ਵਿੱਚ ਨਹੀਂ ਸੀ ਕੀਤੀ ਜਾਂਦੀ। ਜਿਵੇਂ ਅੱਜ ਤੁਸੀਂ ਪਸ਼ੂ ਪੰਛੀ ਵੇਖਦੇ ਹੋ ਨਾ, ਉਹਨਾਂ ਨੂੰ ਰੋਗ ਕਿਉਂ ਨਹੀਂ? ਤੁਸੀਂ ਕਦੀ ਵੇਖਿਆ ਕਿਸੇ ਮੱਝ ਗਾਂ ਨੂੰ ਪੱਠੇ ਪਾਉਣੇ ਨੇ, ਪਹਿਲਾਂ ਗਰਮ ਕਰੋ ਉਸਨੂੰ, ਪਹਿਲਾਂ ਉਬਾਲੋ? ਨਹੀਂ, ਸਿੱਧੇ ਪਾ ਦਿੰਦੇ ਨੇ। ਜਿੰਨੇ ਪੰਛੀ ਨੇ ਉਹ ਸਿੱਧਾ ਭੋਜਨ ਖਾਂਦੇ ਨੇ, ਉਹ ਅੱਗ ਦੇ ਵਿੱਚੋਂ ਨਹੀਂ ਲੰਘਾਉਂਦੇ। ਜਿੰਨਾ ਜਿੰਨਾ ਅਸੀਂ ਇਹਨਾਂ ਚੀਜ਼ਾਂ ਨੂੰ, ਅੱਜ ਤਾਂ ਹਰ ਇੱਕ ਚੀਜ਼ ਇਕੱਲੀ ਅੱਗ ਵਿੱਚੋਂ ਉਬਾਲੀ ਨਹੀਂ ਜਾਂਦੀ, ਉਸ ਨੂੰ ਇੱਕ ਗੈਰ ਕੁਦਰਤੀ ਤਰੀਕੇ ਨਾਲ ਵਾਰ ਵਾਰ ਸਾੜਿਆ ਜਾਂਦਾ ਹੈ, ਤਲਿਆ ਜਾਂਦਾ ਹੈ, ਜਿਹਦੇ ਨਾਲ ਕੀ ਹੁੰਦਾ ਹੈ ਕਿ ਇਹ ਬੰਦੇ ਦੇ ਸਰੀਰ ਦੇ ਵਿੱਚ ਕਈ ਪ੍ਰਕਾਰ ਦੇ ਰੋਗ ਪੈਦਾ ਹੁੰਦੇ ਨੇ। ਹੁੰਦਾ ਉਹ ਰਸਨਾ ਦਾ ਇੱਕ ਅਨਸਵਾਦ ਹੈ। ਅਨਸਵਾਦ ਦਾ ਮਤਲਬ ਸਵਾਦ ਹਿੱਤ ਉਹ ਵਸਤੂਆਂ ਖਾਣੀਆਂ ਜਿਹੜੀਆਂ ਸਰੀਰ ਦੇ ਅੰਦਰ ਰੋਗ ਪੈਦਾ ਕਰਦੀਆਂ ਨੇ। ਸਵਾਦ ਹਿੱਤ ਸਰੀਰ ਨੇ ਦੱਸ ਦੇਣਾ ਕਿ ਹੁਣ ਮੈਨੂੰ ਹੋਰ ਜ਼ਰੂਰਤ ਨਹੀਂ ਰਹੀ, ਪਰ ਭੋਜਨ ਸਵਾਦ ਲੱਗਣਾ ਅਤੇ ਖਾਈ ਜਾਣਾ। ਇਸ ਕਰਕੇ ਸਿਆਣਿਆਂ ਨੇ ਇੱਕ ਤੰਦਰੁਸਤ ਸਰੀਰ ਵਾਸਤੇ ਔਰ ਇੱਕ ਧਰਮ ਦੇ ਮਾਰਗ 'ਤੇ ਤੁਰਨ ਵਾਲੇ ਸਰੀਰ ਵਾਸਤੇ ਇੱਕ ਨੇਮ ਬਣਾਇਆ, ਬਹੁਤ ਸੁੰਦਰ ਵੰਡ ਕੀਤੀ ਹੈ। ਉਹ ਕਹਿੰਦੇ ਨੇ ਸਵੇਰ ਦਾ ਭੋਜਨ ਖਾ, ਬਾਦਸ਼ਾਹ ਵਾਂਗੂ ਰੱਜ ਕੇ ਖਾ ਉਹਨੂੰ। ਜਿਹੜਾ ਫਿਰ ਦੁਪਹਿਰ ਦਾ ਭੋਜਨ ਹੈ ਉਸ ਨੂੰ ਖਾ ਆਮ ਬੰਦੇ ਵਾਂਗ, ਅਤੇ ਜਿਹੜਾ ਤੂੰ ਰਾਤ ਦਾ ਭੋਜਨ ਖਾਣਾ ਉਹ ਭਿਖਾਰੀ ਵਾਂਗੂ ਖਾ। ਭਿਖਾਰੀ ਵਾਂਗ ਮਤਲਬ ਇੱਕ ਅੱਧਾ ਪ੍ਰਸ਼ਾਦਾ, ਸਰੀਰ ਨੂੰ ਰੋਗ ਨਹੀਂ ਲੱਗੇਗਾ। ਪਰ ਜੇ ਇੱਕ ਆਦਮੀ ਰਾਤ ਦੇ 11 ਵਜੇ ਚੰਗੀ ਤਰ੍ਹਾਂ ਸਾਧ ਸੰਗਤ ਪੂਰੀ ਤਸੱਲੀ ਕਰਕੇ ਖਾ ਲੈਂਦਾ, ਜੇ ਇੰਨਾ ਰੱਜ ਕੇ ਉਹ ਕਹੇ ਵੀ ਸਵੇਰੇ ਉੱਠ ਕੇ ਮੈਂ ਨਾਹਮ ਅੰਮ੍ਰਿਤ ਨਾਲ ਜੁੜ ਜਾਵਾਂਗਾ, ਫਿਰ ਇਹ ਉਹਦਾ ਭਰਮ ਹੈ, ਉਹਨੇ ਕਿੱਥੇ ਜੁੜਨ ਦੇਣਾ, ਉਹਨੂੰ ਹੋਸ਼ ਕਿੱਥੇ ਆਵੇਗੀ? ਇਸ ਕਰਕੇ ਇਹ ਚੀਜ਼ਾਂ ਤਾਂ ਸਤਿਗੁਰੂ ਕਹਿ ਰਹੇ ਨੇ ਕਿ ਮਿਥਿਆ ਰਸਨਾ ਭੋਜਨ ਅਨ ਸਵਾਦ, ਸਵਾਦ ਤੂੰ ਲੈ ਰੁਕਾਵਟ ਨਹੀਂ, ਪਰ ਤੂੰ ਅਨ ਸਵਾਦ ਨਾ ਲਈ, ਤੂੰ ਉਹਨਾਂ ਚੀਜ਼ਾਂ ਨੂੰ ਨਾ ਖਾ ਜੋ ਤੇਰੇ ਲਈ ਨਹੀਂ ਬਣੀਆਂ, ਜੋ ਕੁਦਰਤ ਨੇ ਤੇਰੇ ਲਈ ਤਿਆਰ ਨਹੀਂ ਕੀਤੀਆਂ, ਜੋ ਤੇਰਾ ਸਰੀਰ ਦਾ ਉਹਨਾਂ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ, ਉਹਨਾਂ ਨੂੰ ਖਾਣਾ ਨਹੀਂ ਚਾਹੀਦਾ। ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਗੇ ਬਚਨ ਕਹਿੰਦੇ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ। ਇਹ ਵੀ ਇੱਕ ਮਿਥਿਆ ਹੈ, ਇਹ ਵੀ ਇੱਕ ਜਿਹੜਾ ਹੈ ਗਲਤ ਰਸਤਾ ਹੈ। ਕੋਈ ਮਨੁੱਖ ਆਪਣੇ ਪੈਰਾਂ ਦੀ ਵਰਤੋਂ ਵਿਕਾਰ ਦੇ ਰਸਤੇ 'ਤੇ ਕਰਦਾ ਹੈ, ਉਹਦੀ ਜ਼ਿੰਦਗੀ ਦੇ ਪੁੰਨ ਸੜਨੇ ਸ਼ੁਰੂ ਹੋ ਜਾਂਦੇ ਨੇ।